ਬੈਥਲਹਮ ਪੰਜਾਬੀ ਚਰਚ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਪ੍ਰੀਤੀ ਹੈ ਤੇ ਅੱਜ ਮੈਂ ਤੁਹਾਡੇ ਨਾਲ ਅਸ਼ਵਿਨ ਦੇ ਬਾਰੇ ਕੁਝ ਗੱਲਾਂ ਸ਼ੇਅਰ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਅਸ਼ਵਿਨ ਦਾ ਮਤਲਬ ਕੀ ਆ? ਅਸ਼ਵਿਨ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਰਾਹ ਦਿਖਾਉਣਾ ਜਾਂ ਫਿਰ ਗਾਈਡ ਕਰਨਾ। ਦੂਸਰਾ ਸਵਾਲ ਇਹ ਹੈ ਕਿ ਅਸ਼ਵਿਨ ਦੇ ਵਿੱਚ ਸਾਡੀ ਰਿਸਪੋਂਸੀਬਿਲਿਟੀਜ਼ ਕੀ ਆ? ਇੱਕ ਅਸ਼ਵਿਨ ਦੇ ਤੌਰ ਤੇ ਤੁਸੀਂ ਚਰਚ ਦੀ ਰੈਪ੍ਰਜੈਂਟਿਵ ਬਣ ਜਾਂਦੇ ਇੱਕ ਤਰੀਕੇ ਦੇ ਨਾਲ। ਤੁਸੀਂ ਜੋ ਆ ਰਹੇ ਚਰਚ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੈਲਕਮ ਕਰਦੇ ਆ, ਹੱਸ ਕੇ ਮੁਸਕਰਾ ਕੇ ਵੈਲਕਮ ਟੂ ਬੈਥਲਹਮ ਪੰਜਾਬੀ ਚਰਚ ਕਹਿੰਦੇ ਨੇ, ਉਹਨਾਂ ਨੂੰ ਰਾਹ ਦਿਖਾਉਂਦੇ ਨੇ ਕਿ ਕਿੱਥੇ ਬੈਠ ਸਕਦੇ ਆ, ਤੇ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਇਸ ਇਨਸਾਨ ਕੋਲ ਜਾ ਸਕਦੇ ਆ, ਉਹਨਾਂ ਨੂੰ ਪੁੱਛ ਸਕਦੇ ਆ ਜੇ ਕੋਈ ਸਵਾਲ ਆ। ਕਾਫੀ ਲੋਕ ਪੁੱਛਦੇ ਨੇ ਕਿ ਆਪਾਂ ਰੈਸਟ ਰੂਮ ਕਿੱਥੇ ਹੈਗੇ ਆ, ਕਈ ਲੋਕ ਪੁੱਛਦੇ ਨੇ ਕਿ ਅੱਜ ਦੀ ਸਰਵਿਸ ਕਿੰਨੇ ਟਾਈਮ ਤੱਕ ਹੈਗੀ ਆ, ਕਈ ਲੋਕ ਪੁੱਛਦੇ ਨੇ ਕਿ ਅਸੀਂ ਪਾਸਟਰ ਨਾਲ ਕਿੱਦਾਂ ਗੱਲ ਕਰ ਸਕਦੇ ਹਾਂ। ਇੱਕ ਅਸ਼ਰ ਹਮੇਸ਼ਾ ਇਸ ਗੱਲਾਂ ਦੇ ਵਿੱਚ ਸਹਾਇਤਾ ਦੇ ਸਕਦਾ ਕਲੀਸੀਆ ਨੂੰ। ਅਸ਼ਰ ਦਾ ਰਿਸਪੋਂਸੀਬਿਲਿਟੀ ਇਹ ਹੁੰਦੀ ਹੈ ਕਿ ਮੇਕ ਸ਼ੋਰ ਕਰਦੇ ਕਿ ਪੂਰੀ ਜਿਹੜੀ ਸਰਵਿਸ ਆ ਸਮੂਥਲੀ ਚੱਲਦੀ ਰਹੇ। ਇੱਕ ਅਸ਼ਰ ਦੀ ਅੱਖਾਂ ਹਮੇਸ਼ਾ ਖੁੱਲੀਆਂ ਹੁੰਦੀਆਂ ਨੇ, ਉਹਨਾਂ ਨੂੰ ਹਮੇਸ਼ਾ ਧਿਆਨ ਹੁੰਦਾ ਵਾ ਕਿ ਚਰਚ ਵਿੱਚ ਕੌਣ ਆ ਰਿਹਾ ਹੈ ਤੇ ਕੌਣ ਜਾ ਰਿਹਾ ਵਾ। ਹਮੇਸ਼ਾ ਧਿਆਨ ਰੱਖਦੇ ਨੇ ਕਿ ਜੇ ਕਿਸੇ ਨੂੰ ਕੋਈ ਹੈਲਪ ਦੀ ਲੋੜ ਆ ਤਾਂ ਉਹ ਫਟਾਫਟ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ। ਅਸ਼ਰ ਹਮੇਸ਼ਾ ਧਿਆਨ ਰੱਖਦੇ ਨੇ ਜਦੋਂ ਟਾਈਥ ਐਂਡ ਆਫਰਿੰਗ ਦਾ ਟਾਈਮ ਆਉਂਦਾ ਹੈ ਉਹ ਉਸ ਸਮੇਂ ਵੀ ਅਵੇਲੇਬਲ ਹੁੰਦੇ ਨੇ ਤੇ ਹੈਲਪ ਸਹਾਇਤਾ ਦਿੰਦੇ ਸਾਰਿਆਂ ਨੂੰ। ਤੇ ਐਂਡ ਦੇ ਵਿੱਚ ਸਰਵਿਸ ਦੇ ਐਂਡ ਵਿੱਚ ਵੀ ਅਸ਼ਰ ਵਾਕ ਥਰੂ ਕਰਦੇ, ਮੇਕ ਸ਼ੋਰ ਕਰਦੇ ਕਿ ਕੋਈ ਆਪਣਾ ਸਮਾਨ ਤੇ ਨਹੀਂ ਭੁੱਲ ਗਿਆ, ਸਾਰਾ ਕੁਝ ਆਰਡਰ ਦੇ ਵਿੱਚ ਹੈ ਸੈਂਕਚੁਰੀ ਦੇ ਵਿੱਚ। ਇਸ ਤਰ੍ਹਾਂ ਇੱਕ ਅਸ਼ਰ ਦੀ ਰਿਸਪੋਂਸੀਬਿਲਿਟੀ ਕਾਫੀ ਇੰਪੋਰਟੈਂਟ ਆ, ਬਹੁਤ ਇੰਪੋਰਟੈਂਟ ਰੋਲ ਆ ਚਰਚ ਦੇ ਵਿੱਚ ਇੱਕ ਅੱਛੀ ਸਰਵਿਸ ਨੂੰ ਕੰਪਲੀਟ ਕਰਨ ਵਾਸਤੇ। ਸੋ ਗੋਡ ਬਲੈਸ ਯੂ ਕਿ ਤੁਸੀਂ ਅਸ਼ਵਿਨ ਵਾਸਤੇ ਸਟੈਂਡ ਲੈ ਰਹੇ ਹੋ।